ਸਾਰੀ ਪਰ ਤੁਹਾਡੀ ਸਾਰੇ ਸਾਹਮਣੇ ਸਤਿਕਾਰ ਜਨਾਬ ਪੱਲੇ 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 ਪੱਲੇ
ਮਤ ਲਿਖਣਾ ਤਾਂ ਹੋਇਆ। ਥੈਂਕ ਯੂ ਫਿਰ ਰਸ਼ੀਦ ਸਾਹਿਬ, ਤੇਰੀ ਅਕਸ਼ਰ ਸਾਹਿਬ ਪੂਰਾ ਚਾਹ ਸਮਾਜ ਲੈ ਰਹੇ ਕਿ ਤੁਸੀਂ ਆਏ ਤੇ ਮੇਲੇ ਸੱਜ ਗਏ ਨੇ, ਹੁਣ ਢੋਲ ਖੁਸ਼ੀ ਦੇ ਵੱਜ ਗਏ ਨੇ, ਹੁਣ ਦਿਲ ਤੇ ਭੰਗੜੇ ਪਾਉਂਦਾ ਏ, ਸਾਡੇ ਮਾਣ ਪਿਆਸੇ ਰੱਜ ਗਏ ਨੇ। ਆ ਫਿਰ ਤੇ ਕਬੱਡੀ ਦੇ ਮੋਹਰੇ ਮਾਰਨਾ ਚੱਟ 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 ਚੱਟ, ਦੇਖ 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 ਜੱਟ ਦੀ ਗਰਾਰੀ ਆ ਰਹੀ। ਆ ਦੇਖਿਆ ਜਾਏਗਾ ਟੈਕਨੀਕ ਭਾਸ਼ਣ ਮੇਲਾ, ਜਿਹਨੇ ਤਕਰੀਬਨ 40-50 ਲੂੰਡਾਂ ਨੂੰ ਹਿੱਸਿਆਂ ਦੇ ਦੇਣ ਕਰਾਈ ਆ, ਔਰ ਪੌੜੀਆਂ ਲੂੰਡਾਂ ਨੇ ਮੈਚ ਵਿਨ ਕੀਤੇ ਆ। ਬਹੁਤ ਹੀ ਕਬੱਡੀ ਵਿੱਚ ਮਕਾਨੀ ਇਸ ਸਮੇਂ ਚਾਰ ਜਾਤੀਆਂ ਤੇ ਜੂਤਾ ਹਮਲਾ। ਮੈਂ ਜੀ ਕਮਰੇ ਦੀ ਚਾਬੀ ਪਜਾ ਗਏ, ਕਮਰੇ ਦੀ ਚਾਬੀ ਫਿਰ ਚੱਕੇ ਕਰਦਾ ਜਾਮ ਬੱਲੇ ਬੱਲੇ ਕਰਾਉਂਦਾ ਹੈ ਧਰਤੀ ਦੇ ਉੱਪਰ ਜਿਵੇਂ ਹੋਈਆਂ ਤੂੜਾਂ, ਕਿ ਜਿਸ ਧਰਤੀ ਦੇ ਪੰਜਾਂ ਪਾਣੀਆਂ ਨੇ ਜਾਲ ਬੰਨਿਆ ਉਸ ਧਰਤੀ ਦੀ ਮਿਹਰਬਾਨੀ ਕੀ ਬਣ ਗਿਆ। ਉਹ ਰੱਖ ਲਿਆ ਤੇ ਉਹ ਪੱਲੇ ਪੱਲੇ ਕਰਾਉਂਦਾ ਹੋਇਆ ਸਟੇਜ ਬੈਕ ਸਾਹਿਬ ਦੇ ਹਾਜ਼ਰ ਬਾਈ ਕਹਿੰਦਾ ਕਿੱਟ ਕਰੋ ਮਿਹਰਬਾਨੀ, ਕਰਮ ਸਾਹਿਬ ਦੀ ਟੀਮ ਕਿੱਟ ਕਰੇ ਸਟੇਜ ਬੈਕ ਸਾਹਿਬ ਦੇ। ਇੱਧਰੋਂ ਫਿਰ ਕਬੱਡਰ ਆ ਦੇਖ ਲੱਗਾ ਹੀ ਚਾਰ ਬਣ ਗਿਆ ਵੀ ਮਲਕਾਂ ਦਾ ਪੁੱਤ ਆ 202 ਪਿੰਡ ਕਹਿੰਦੇ ਪਰ ਕਿ ਉਹ ਫਰੈਂਕ ਹਾਰਸ ਆ ਸਦਕੇ ਮੇਰੇ ਪਿੱਛੇ ਪਿੱਛੇ ਬੱਚੇਗੀ ਬਲੀ ਦੇ ਤੇਰੇ ਹੱਥ ਲਵਾਉਂਗਾ। ਆ ਗਿਆ ਇਸ ਸਮੇਂ ਅਣਖ ਮਣਖ ਵਾਲਾ ਗੁੱਜਰ ਔਰ ਪਾਪੂ ਗੁੱਜਰ ਸਾਡੇ ਸਿਰ ਤੇ ਔਰ ਮੋਰੇ ਕਹਿੰਦੇ ਸੋਲਾ ਚੱਟ ਮਾਰਨਾ ਚੱਟ ਪਿਆਰ ਪਰ ਪਿਆਰ ਕਿਵੇਂ ਨਾ ਹੋਏਗੀ ਟੱਕਰ ਕਿਹੜਾ ਕਰਾਏਗਾ ਪੱਲੇ ਪੱਲੇ। ਇਸ ਸਮੇਂ ਆ ਸਦ ਗਿਆ ਭਾਬੀ ਗੁੱਜਰ ਹੈ, ਇਹਨੂੰ ਫੜਨਾ ਤੇ ਪੁੱਤਰ ਕੋਈ ਦੇਖ ਸੁੱਕਣੀ ਪੈਣੀ ਆ। ਆ ਗਿਆ ਮਿਹਰਬਾਨ ਨੇ ਵਾਸਤੇ ਮੁਦੱਸਰ ਚੱਟ ਅਸਤਾਨ ਫੂਰੇ ਦਾ ਭਤੀਜਾ ਕਿ ਪੱਲਾ ਨਾ ਹੋਵੇ ਮੱਥੇ ਫੁੱਲੀ ਜ਼ਰੂਰ ਹੁੰਦੀ ਆ। ਖਾਬਰ ਪੜਦਾ ਕਹਿੰਦੇ ਸ਼ੇਰ ਦਾ ਕਹਿੰਦੇ ਨੇ ਚਾਚੇ ਨੇ ਬੜੀ ਤਗੜੀ ਕਬੱਡੀ ਖੇਡੀ ਆ। ਹਾਏ 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 ਦੇਖ ਲਾ ਲੋ, ਇੱਕ ਬੰਦੇ ਤਜਰਬੇ ਦਾ ਪਹਾੜ, ਇੱਕ ਬੰਦੇ ਨਿੱਕੀ ਉਮਰ ਤਾੜੀ ਮਾਰੋ ਪਹਾੜ ਵਿੱਚ ਮਦਾਨੇ ਇੱਕ ਤਾਣ ਕੇ ਗੂੜੀਆਂ ਬੂੜੀਆਂ ਖਾਣਾ ਘੂੜੀਆਂ ਪਾਉਂਦਾ ਹੋਇਆ ਚਾਰ ਚਾਬੀ ਮੋਹਰੇ ਕਿ ਸਿੱਧ ਕਰਦਾ ਨਾ ਨੀ ਸੁਣਦਾ ਸੋਹਣਾ ਹੈ ਤਾਂ ਨੀ ਸੁਣਦਾ ਜੇ ਮੈਂ ਦਿਲ ਦਾ ਹਾਲ ਸੁਣਾਵਾਂ ਤੋ ਲਫਦਾ ਤੋ ਗਾਹ ਨੀ ਸੁਣਦਾ ਭਾਈ ਹੋਈ ਕਬੱਡੀ। ਆ ਦੇਖ ਮਾਰਨਾ ਚੱਟ ਆ ਤੋਨੇ ਕਬੱਡੀ ਦੇ ਸੁਪਰ ਸਟਾਰ ਪੁਆਇੰਟ 202 ਦਾ ਇਹਦੇ ਨਾਂ ਸਾਹਿਬ ਖਾਬੂ ਬਾਟੂ ਕਬੱਡੀ 208 ਦੀ ਧਰਤੀ ਵੱਲੋਂ ਖਾਬਰ ਪੱਟ ਦੀ ਮੰਨੀ ਪਰ ਮੰਨੀ ਜਾਗਰ ਦੀ ਪਈ ਹੋਈ ਕਬੱਡੀ ਆ ਮੇਰੇ ਕਹਿੰਦੇ ਆਓ ਆ ਰੰਧਾਵੇ ਦਾ ਪੁੱਤਰ ਅੜਦਾ ਕਈ ਪਰ ਪੁਆਇੰਟ ਦੇਖ ਰਿਹਾ ਜਾਗਰ ਆਪਣੀ ਧਰਤੀ ਆ ਗਿਆ ਰੇਲ ਫਾੜ ਵਾਸੀ ਮਾਨੂੰ ਬੰਨੇ ਸ਼ਾਹ ਵਿੱਚ ਮੈਦਾਨੇ ਉਰਜੀ ਉਰਜੂ ਕਰਦੀ ਜਵਾਨੀ ਫੇਰੇ ਮਾਨਾ ਚੱਟ ਸੇਲਾ ਚੱਟ ਪਿਆਰ ਪਰ ਪਿਆਰ ਇਹ ਕਹਿੰਦੇ ਉਹ ਜਾਤੀ ਅੱਗੇ ਖੜਾ ਕਹਿੰਦੇ ਪੰਜਾਬ ਦੇ ਆਪਣੇ ਨਾਂ ਦੇ ਟੰਕੇ ਬਣਾਏ 2023 ਤੇ 20 ਦਾ ਸੀਜ਼ਨ ਕਹਿੰਦੇ 21 ਦਾ ਸੀਜ਼ਨ ਕਹਿੰਦੇ ਸਭ ਤੋਂ ਬਗੜਾ ਇਸ ਮੁੰਡੇ ਨੇ ਖੇਡਿਆ ਚੱਟ ਅੱਠਵਾਲਾ ਚਾਰ ਜਾਤੀ ਮੇਰੇ ਕਿਹੜਾ ਕਰਾਏਗਾ ਪੱਲੇ ਪੱਲੇ ਕੰਨੀ ਭਾਨੂੰ ਦੂਸਰੀ ਕੰਨੀ ਮਲਕ ਔਰ ਨਾਲ ਕਹਿੰਦੇ ਤਾਨ ਰੰਧਾਵਾ ਤੇ ਨਾਲ ਸੱਪਾਂ ਵਾਲਾ ਦੇਖਦੇ ਆ ਕਿਹੜਾ ਮੁੰਡਾ ਕਰੂਗਾ ਹਮਲਾ ਕਿਹੜਾ ਕਰਾਏਗਾ ਪੱਲੇ ਪੱਲੇ ਇਸ ਸਮੇਂ ਆ ਕੀਤਾ ਟੱਚ ਦੇਖ ਮੁੰਡਾ ਹਵਾ ਦੇ ਘੋੜੇ ਸੱਪਾਂ ਦੇ ਹੱਥਾਂ ਦੀ ਜਵਾਨ ਫਿਰ ਐਂਟਰੀ ਪਾਈ ਆ ਕਬੱਡੀ ਦੇ ਵਿੱਚ ਇਸ ਸਮੇਂ ਸਦਾ
ਕੱਪੜੇ ਪਾਏ ਆ, ਤਕੜੀਆਂ ਕਬੱਡੀਆਂ ਪਾਈਆਂ। ਆਹ ਪਈ ਹੋਈ ਕਬੱਡੀ ਦੇ ਮਹਾਨਾ ਚੱਟ ਕਰੇਗਾ ਟਰਾਈ ਜਾਂ ਸੇਲ। ਆਹ ਲੱਗਾਈ ਚੱਟ 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 ਆਹ ਪੱਲੇ 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 ਡੱਬਾ ਨਾ ਫਿਰ ਗਈ ਵਾਲਿਆ। ਅੱਜ ਦੇਖਣਾ ਪਏਗਾ ਪੁਆਇੰਟ ਇਸ ਨਿਰਾਸ਼ਰ ਮਾਨ ਨੂੰ ਦੱਸਣ ਦੱਸੇ ਜੀ ਕਿ ਕਿਹੜੇ ਕਿਹੜੇ ਕਪੂਰ ਹਿੱਸੇ ਸਾਡੇ ਸਰਪ੍ਰਸਤ ਸੇਵਾ ਸਾਹਿਬ ਸੰਗਤ ਮੇਰੇ ਸਟੇਟਸ ਨੇ ਸਭ ਦਾ ਸਬਾਈ ਜ਼ੇਰ ਐਂਟੀ ਨਾਰਕੋਟੈਕਸਾਈਡ ਐਕਸਾਈਜ਼ ਸਭ ਦਾ ਐਮ ਪੀ ਏ ਸਮੁੰਦਰੀ ਹਾਫਿਜ਼ ਮੁਮਤਾਜ਼ ਸਾਹਿਬ ਬਹੁਤ ਤੋਂ ਸ਼ੁਕਰੀਆ। ਉਹਨਾਂ ਦੀ ਸਾਰੀ ਸੰਗਤ ਮੇਰੇ ਸਟੇਟਸ ਨੇ ਸਾਹਿਬ ਪਿਸਤਾ ਵਾਲੇ ਲੱਗਾ ਵਾਲੇ ਜਨਾਬ ਕਰੀ ਚਮੇਲ ਬਜਾਰ ਸਾਹਿਬ ਕਰੀ ਅਜਮਲ ਗੁਜਰ ਸਮੁੰਦਰੀ ਚੋਰੀ ਅਫਸਰ ਸਾਹਿਬ ਔਰ ਜਨਾਬ ਚੋਰੀ ਵਸੀਮ ਸਾਹਿਬ ਵੈਲਡਨ ਫਿੱਕਾਬਾਦ। ਇੱਧਰ ਫਿਰ ਆਉਣ ਲੱਗਾ ਚੱਟ ਪਰ ਡਬਲ ਟੱਚ ਦੀ ਮੰਗ। ਉਹ ਦੇਖਿਆ ਜਾਏਗਾ ਪੁਆਇੰਟ ਧਾਰ ਦਾ ਇਸ ਸਮੇਂ 200 ਤੋਂ ਵੀ ਭਾਗਾਂ ਦੀ ਧਰਤੀ ਦੇ ਫਿਰ ਵਿੱਚ ਮੈਦਾਨੇ ਛਾਕ ਕਾਚੜੀ ਛਾਤੀ ਨਿੱਕਰ ਪਨੀਆਂ ਸੋਹਣੇ ਪੱਟ ਉਹਦੇ ਆ ਗਿਆ ਰਾਜਾ ਪਾਲੂ ਦੂਸਰੀ ਕੰਨੀ ਮਲਕਾ ਦਾ ਪੁੱਤ ਡਾਕਟਾਨ ਰੰਧਾਵਾ ਦੇ ਸੱਪਾ ਕਿਹੜਾ ਕਰੇਗਾ ਟਰਾਈ ਕਿਹੜਾ ਕਰਾਏਗਾ। ਆਓ ਆਓ ਕਹਿੰਦੇ ਲੱਗ ਗਿਆ ਇਸ ਸਮੇਂ ਖਤਰਨਾਕ ਜਾਤੀ ਬਿਜਲੀ ਬੋਰਡ ਨੇ ਕਰੰਟ ਮੰਗੂ ਚੁੰਬੜਿਆ ਕਿ ਅਗਲਾ ਗੁੱਡੀਏ ਜਿੰਨਾ ਉੱਚਾ ਉਗਲਾ ਹੋਰ ਇੱਕ ਦਿਨ ਤੇਰੀ ਯਾਰੀ ਆ ਸਾਡੇ ਹੱਥ ਦੇ ਰਾਜਾ ਪਾਲੂ ਚੱਲ ਵੀ ਆ ਗਿਆ ਮੁੰਡਾ ਫਿਰ ਵਿੱਚ ਮੈਦਾਨੇ ਮਾਨੂ ਜੀ ਪਈ ਸੀ ਕਬੱਡੀ ਚਾਰ ਜਾਫੀਆਂ ਉੱਤੇ ਕੀਤਾ ਹਮਲਾ ਇਸ ਸਮੇਂ ਕੰਨੀ ਮਾਨਾ ਜੜ ਦੂਸਰੀ ਕੰਨੀ ਸਹੇਲਾ ਜੜ ਦੀ ਮਾਜੀ ਗਰਾਉਂਡੇ ਪਹਿਲਾ ਹਫ਼ਤਾ ਦਾ ਸਮੇਂ ਆਖਰੀ ਪਲ ਚੱਲ ਰਿਹਾ ਪਹਿਲੇ ਹਾਫ ਦੇ ਪਈ ਹੋਈ ਕਬੱਡੀ ਵਿੱਚ ਆਓ ਆ ਸਿਰਕੇ ਆ ਮਾਨੇ ਚੱਟਣਾ ਹੋ ਗਿਆ ਟੱਕਰ ਇਹ ਦੇਖਿਆ ਜਾਏਗਾ ਸਟਾਫ ਅਫਸਰ ਪੱਲੇ ਦੀ ਗੁੱਸੇ ਗੁੱਸੇ ਦੀ ਪੁਆਇੰਟ ਰੇਟਰ ਦਾ ਮਾਨਾ ਜੀ ਹੋਲਡ ਕਰਾਉਂਦੇ ਜਾਣ ਮਾਨੇ ਪਈ ਇਹ ਪੁਆਇੰਟ ਆਓ ਲੱਗਾ ਜੀ ਮਲਕ 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 ਬਿਲਕੁਲ ਕੋਈ ਬਹਿਸ ਨਹੀਂ ਕਰਨੀ ਇੱਧਰੋਂ ਫਿਰ ਪਾਏਗਾ ਕਬੱਡੀ ਭਾਤੂ ਕੁੱਚਰ ਜਿਸ ਪੁਆਇੰਟ ਦਾ ਮਸਲਾ ਬੜੀ ਤੇਜ਼ ਤੇ ਲਾਈਵ ਚੱਲ ਰਿਹਾ ਉਹ ਆਪਣਾ ਸਰਕਾਰ ਮਿਲੀ ਲੈ ਸਕਦਾ ਹਜ਼ੂਰ ਉਹ ਪੁਆਇੰਟ ਕਹਿੰਦੇ ਭਾਤੂ ਕੁੱਚਰ ਦਾ ਇੱਕ ਪੁਆਇੰਟ ਦਾ ਇੰਤਜ਼ਾਮੀਆਂ ਦਾ ਲਾ ਲੈਗੇ ਅੰਬੈਰ ਨੇ ਕਿਸੇ ਨੂੰ ਅੰਬੈਰ ਦਾ ਕਿਸੇ ਪਲੇਅਰ ਨੇ ਗਲਤ ਬਿਆਨੀ ਨਹੀਂ ਕਰਨੀ ਤੇ ਜਿਹਨੇ ਕੀਤੀ ਉਹ ਗਰਾਊਂਡ ਦੇ ਵਿੱਚ ਨਹੀਂ ਬਾਹਰ ਬਹਿਗਾ ਔਰ ਫਿਰ ਦੇਖਦੇ ਹਾਂ ਅਸਤਾਰ ਰਾਸ਼ਦ ਮੌਲਾ ਦੱਸੇਗਾ ਪੁਆਇੰਟ ਕੀ ਹੈ ਸਦਕੇ ਮੇਰੀ ਤਾੜੀ ਮਾਰੋ ਗੁੱਡ ਜੱਜ ਪੁਆਇੰਟ ਚੱਲ ਵੀ ਆ ਗਿਆ ਮੁੰਡਾ ਫਿਰ ਬਾਹਰ ਵਿੱਚ ਮੈਦਾਨੇ ਚਾਰ ਜਾਫੀਆਂ ਤੇ ਕੀਤਾ ਹਮਲਾ ਕਿਹੜਾ ਕਰਾਏਗਾ ਬੱਲੇ ਬੱਲੇ ਮੋਰੇ ਸੇਲਾ ਚੱਟ ਦੂਸਰੀ ਕੰਨੀ ਮਾਨਾ ਚੱਟ ਦੇਖਦੇ ਹਾਂ ਕਿਵੇਂ ਆਓ ਲਗਾਈ ਜਾਂਦੇ ਲੋੜ ਦੇ ਨਾਲ ਲੱਗਦੀ ਜ਼ਮੀਨ ਵਰਗਾ ਚੱਟ ਆ ਸਕਦੀ ਬਾਹਰ ਵਿਸ਼ਵਾਸ ਪਿੱਤਰ ਕਦੇ ਹੁਣ ਆ ਗਏ ਅੱਜ ਵੀ ਮੁੰਡਾ ਫਿਰ ਬਾਹਰ ਖੇਡ ਮੈਦਾਨ ਦੇ ਅੰਦਰ ਕਿਕ ਇੱਕ ਪੱਗ ਤੇਰਾ ਸਵਾ ਸਵਾ ਮਰਦਾ ਅੱਖਾਂ ਵਿੱਚ ਅੱਖ ਪਾ ਕੇ ਹਿੱਕ ਜਿਵੇਂ ਤਰਦਾ ਛੇੜਾ ਤੇਰੇ ਵੇਖੇ ਹੋਈ ਕੰਨੀ ਪਿਆ ਤਰਦਾ ਤੇਰਾ ਰੰਗੇ ਜੋੜੇ ਦੇ ਤਹਰ ਜੱਗ ਸਾਰਾ ਮਾਂਡਾ ਲੱਗਾ ਹੀ ਚੱਟ ਆ ਸਦਕੇ ਇਹ ਪੁਆਇੰਟ ਤਹਰ ਦਾ ਮੇਰੇ ਆ ਗਿਆ ਮਲਕ ਸਤੈਨ ਮਲਕ ਅਬੈਸ ਸਤਾਇਆ ਤੇ ਰਾਜਾ ਭਾਲੂ ਕਿਹੜਾ ਮੁੰਡਾ ਕਰੇਗਾ ਤਰਾਈ ਕਿਹੜਾ ਕਰਾਏਗਾ ਬੱਲੇ ਬੱਲੇ ਆਓ ਆਓ ਸਦਕੇ 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 ਆਹ ਪੁਆਇੰਟ ਕਹਿੰਦੇ ਇਸ ਸਮੇਂ ਦੇਖਿਆ ਜਾਏਗਾ ਆਪਣੀ ਧਰਤੀ ਦੇ ਹਿੱਸੇ ਰੋੜਦਾ ਮਰਹੂਮ ਕਬੱਡੀ ਕੱਪ ਕੇ ਜੇਕਰ ਬੰਦਾ ਜੀਣਾ ਸਿੱਖ ਲੈ ਮਰ ਕੇ ਵੀ ਨਹੀਂ ਮਰਦਾ ਤੁਹਾਡੇ ਪੁੱਤ ਦਿਨ ਸਭ ਨੇ ਮਰ ਜਾਣਾ ਮਰਿਆ ਬਾਜ ਸਾਡੇ ਜਨਾਬ ਤੇਰੀ ਸਵਾਗਤ ਚੱਟ ਸਾਡੇ ਸਪੋਰਟਰ ਜਨਾਬ ਤੇਰੀ
ਸਰਦਾਰ, ਉਹਨਾਂ ਦੇ ਨਾਲ ਨਾਲ ਸੁਫਿਆਨ ਗੁੱਜਰ, ਉਹਨਾਂ ਦੇ ਨਾਲ ਨਾਲ ਮਹੱਤਾ ਸਾਂਝੇ ਕੀਤੀਆਂ ਮੇਰੇ ਵੀਰ ਨੇ, ਇਹ ਲੰਬੇ ਸਮੇਂ ਦੇ ਕਬੱਡੀ ਦੀ ਸੇਵਾ ਕਰ ਰਿਹਾ ਲਾਲਾ ਆਦਰ ਜਨਾਬ ਸ੍ਰੀ ਬਲਾਲ ਸਾਹਿਬ ਹਾਲ ਮਕੀਮ ਇਟਲੀ, ਅੱਜ ਸ਼ਾਨ ਸਕੂਲ ਸਾਹਿਬ ਦੀਆਂ ਮਹੱਤਾ ਇੱਥੇ ਫਿਰ ਪਾਏਗਾ ਕਬੱਡੀ ਵਿੱਚ ਬਤਾਨੇ, ਔਰ ਚਾਰ ਚਾਪੀਆਂ ਦੇ ਕੀਤਾ ਹਮਲਾ, ਕਿਹਦੇ ਨਾਲ ਹੋਈ ਕੀ ਟੱਕਰ, ਕਿਹੜਾ ਕ੍ਰੈਕ ਆਓ, ਔਰ ਲੱਖ ਫਿਰੋਜੀਆਂ ਕੀਤੀਆਂ ਗਈਆਂ ਕਬੂਲ।